ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਨਵਾਂ ਸ਼ਹਿਰ ਰੋਪੜ ਨੈਸ਼ਨਲ ਹਾਈਵੇ ਤੇ ਪਿੰਡ ਕਮਾਲਪੁਰ ਨਜ਼ਦੀਕ ਬਣੇ ਕੱਟ ਤੇ ਸਕੂਟੀ ਦੀ ਕਾਰ ਅਤੇ ਸਿੱਧੀ ਟੱਕਰ ਹੋ ਗਈ ਤੇ ਜਿਸ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਜਦੋਂ ਕਿ ਉਸਦੀ ਲੜਕੀ ਗੰਭੀਰ ਵੀ ਜ਼ਖਮੀ ਹੋ ਗਈ, ਜਿਸ ਨੂੰ PGI ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਕਾਠਗੜ੍ਹ ਪੁਲਿਸ ਨੇ ਉਕਤ ਦੋਹੇ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਪਿਤਾ ਗੁਰਵਿੰਦਰ ਸਿੰਘ ਫੌਜ ਵਿੱਚ ਜੰਮੂ ਵਿਖੇ ਨੌਕਰੀ ਕਰਦਾ, ਜੋ ਕਿ 2 ਦਿਨ ਪਹਿਲਾਂ ਹੀ ਆਪਣੀ ਡਿਊਟੀ ਤੇ ਪਿੰਡ ਗਹੁਣ ਤੋਂ ਗਿਆ ਹੈ। ਗੁਰਵਿੰਦਰ ਸਿੰਘ ਦੇ 2 ਬੱਚੇ, ਇੱਕ ਲੜਕੀ ਅਤੇ ਇੱਕ ਲੜਕਾ ਹੈ ਤੇ ਲੜਕਾ ਹਜੇ ਛੋਟਾ ਹੈ। ਜੀ ਆਪਣਾ ਰੇਸ਼ਮ ਸਿੰਘ ਕਿਹੜਾ ਪਿੰਡ ਹੈ ਜੀ? ਗਹੁਣ। ਇਹ ਜਿਹੜਾ ਐਕਸੀਡੈਂਟ ਹੋਇਆ ਇਸ ਦੇ ਬਾਰੇ ਜਾਣਕਾਰੀ ਦਿਓ। ਇਹ ਮਾਂ ਧੀ ਦੋਨੇ ਆਪਣੀ ਭੂਆ ਨੂੰ ਕੁੜੀ ਹਥਿਆਰ ਲੈ ਕੇ ਚੱਲੀ ਸੀਗੀ ਜੀ। ਜਾਣੀ ਉਹਦੀ ਮਾਂ ਦੀ ਨਨਾਣ ਹੈ ਉੱਥੇ ਮੰਡ 'ਚ, ਇਹ ਪਿੰਡੋਂ ਹਥਿਆਰ ਲੈ ਕੇ ਜਾ ਰਹੀਆਂ ਸੀਗੀਆਂ। ਅੱਛਾ ਜੀ। ਲੋਹੜੀ ਦਾ ਤਿਆਰ ਲੈ ਕੇ ਜਾ ਰਹੀਆਂ ਸੀ। ਕਿੱਥੇ ਹੋਇਆ, ਕਿੱਥੇ ਐਕਸੀਡੈਂਟ? ਇਹ ਮਲੇਰਾਂ ਦੇ ਕੋਲ ਜਾ ਕੇ ਹੋਇਆ, ਕਾਠਗੜ੍ਹ ਦੇ ਕੋਲ ਮੋੜ ਦੇ ਉਰਲੇ ਪਾਸੇ। ਕੀ ਕੀ ਨਾਮ ਸੀਗਾ ਇਹਨਾਂ ਦਾ? ਲੇਡੀ ਜਿਹਦੀ ਡੈਥ ਹੋਈ ਆ ਉਹ ਕਮਲਜੀਤ ਕੌਰ ਹੈ ਜੀ, ਉਹਦੀ ਲੜਕੀ ਆ ਉਹਦਾ ਨਾਮ ਜਸਪ੍ਰੀਤ ਹੈ। ਉਹਦੀ ਹਾਲਤ ਕਿੱਦਾਂ ਜੀ? ਉਹ PGI ਰੈਫਰ ਕਰ ਦਿੱਤੀ, ਹਾਲਤ ਨਾਜ਼ੁਕ ਬਣੀ। ਇਹਨਾਂ ਦੇ ਪਿਤਾ ਕੀ ਕਰਦੇ ਜੀ? ਫੌਜ ਚ। ਉਹ ਸੁਣਨੇ ਚ ਆਇਆ ਕਿ ਹਲੇ ਪਰਸੋਂ ਹੀ ਗਏ? ਹਲੇ ਪਰਸੋਂ ਗਏ, ਛੁੱਟੀ ਕੱਟ ਕੇ। ਛੁੱਟੀ ਕੱਟ ਕੇ ਗਏ? ਹਾਂਜੀ। ਟਾਂਜਰ ਸਾਹਿਬ, ਇਹ ਦੱਸਿਓ ਜਿਹੜਾ ਐਕਸੀਡੈਂਟ ਹੋਇਆ ਕਾਹਦੇ ਨਾਲ ਹੋਇਆ ਤੇ ਕੌਣ ਕੌਣ ਸੀਗੇ? ਸਰ ਇੱਕ ਨਾ ਸਕੂਟਰੀ ਸਵਾਰ ਸੀ ਲੇਡੀ, ਦੋ ਲੋਕਾਂ ਨੇ ਦੱਸਣ ਮੁਤਾਬਕ ਇਹ ਕਮਾਲ ਪਟੇਟੇ ਤੋਂ ਪਾਲੇ ਪਾਸੇ ਤੋਂ ਇੱਧਰ ਨੂੰ ਆ ਰਹੀਆਂ ਸੀਗੀਆਂ। ਬਲਾ ਚੌਂਕ ਸਾਈਡ ਤੋਂ ਤਾਂ ਨੋਵਾ ਗੱਡੀ ਆ ਰਹੀ ਸੀ। ਠੀਕ ਆ ਜੀ। ਉਹਨਾਂ ਨੇ ਬ੍ਰੇਕਾਂ ਵੀ ਕਾਫੀ ਮਾਰੀਆਂ, ਲੋਕਾਂ ਨੇ ਦੱਸਣ ਮੁਤਾਬਕ ਉਹ ਕਹਿੰਦੇ ਵੀ ਮਤਲਬ ਕੁੜੀਆਂ ਦੀ ਗਲਤੀ ਸੀਗੀ, ਬਾਕੀ ਹਜੇ ਇਨਕੁਆਇਰੀ ਕਰ ਰਿਹਾ। ਸਾਡੇ IO ਸਾਹਿਬ ਆਏ ਸੀ, SHO ਸਾਹਿਬ ਆਏ ਸੀਗੇ, ਇਨਕੁਆਇਰੀ ਕਰਕੇ ਦੱਸ ਦਿੰਦੇ ਹਾਂ ਵੀ ਕਿਹਦੀ। ਇਹ ਕੁੜੀਆਂ ਕਿੱਥੋਂ ਦੀਆਂ ਕੁਛ ਪਤਾ ਲੱਗਿਆ ਜੀ? ਹੁਣੇ ਹਜੇ ਦੱਸਣ ਮੁਤਾਬਕ ਕਹਿੰਦੇ ਆ ਵੀ ਗਹੂਣ ਪਿੰਡ ਤੋਂ ਆ ਜੀ। ਤੇ ਇਹ ਜਿਹੜੀਆਂ ਕੁੜੀਆਂ ਉਹਨੇ ਕਿੱਥੇ ਭੇਜੀਆਂ ਜੀ ਇਹਨਾਂ ਨੇ? ਬੜਾ ਚਿਰ ਹਫ਼ਤਾ ਕੋਈ ਪ੍ਰਾਈਵੇਟ ਕਾਰ ਵਾਲਾ ਲੈ ਗਏ ਸੀ, ਜਿਹੜੇ ਐਂਬੂਲੈਂਸ ਹਾਂ ਪਤਾ ਲੈ ਗਏ। ਠੀਕ ਹੈ ਸਰ। ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ SIT ਨੇ ਮੁੱਖ ਸਾਜ਼ਿਸ਼ ਘਾੜੇ ਗੈਂਗਸਟਰ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ ਖਿਲਾਫ ਮਾਨਸਾ ਅਦਾਲਤ ਵਿੱਚ ਚਾਰਜਸ਼ੀਟ ਦਾਖਲ ਕੀਤੀ। ਮਾਨਸਾ ਦੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਦੀ ਅਦਾਲਤ ਨੇ 28 ਦਸੰਬਰ ਨੂੰ ਸਚਿਨ ਨੂੰ ਪੇਸ਼ ਨਾ ਕਰਨ ਤੋਂ ਬਾਅਦ 10 ਜਨਵਰੀ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤਾ ਸੀ। ਪਤਾ ਲੱਗਾ ਹੈ ਕਿ ਸਚਿਨ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਹਿਰਾਸਤ ਵਿੱਚ ਹੈ। ਮਾਨਸਾ ਦੇ ਪਿੰਡ ਜਵਾਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਇਸ ਕਤਲ ਕੇਸ ਵਿੱਚ 29 ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਮਨਦੀਪ ਸਿੰਘ ਅਤੇ ਮਨਮੋਹਨ ਸਿੰਘ ਦਾ ਗੋਇੰਦਵਾਲ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ ਤੇ 2 ਸ਼ੂਟਰ ਮਨਪ੍ਰੀਤ ਸਿੰਘ ਉਰਫ ਮੰਨੂ ਅਤੇ ਜਗਰੂਪ ਸਿੰਘ ਉਰਫ ਰੂਪਾ ਨੂੰ ਪੁਲਿਸ ਨੇ ਅੰਮ੍ਰਿਤਸਰ ਵਿੱਚ ਇੱਕ ਮੁਕਾਬਲੇ ਵਿੱਚ ਮਾਰ ਦਿੱਤਾ ਸੀ। ਗੋਲਡੀ ਬਰਾੜ, ਅਨਮੋਲ ਬਿਸ਼ਨੋਈ ਅਤੇ ਲਿਪਿਨ ਨਹਿਰਾ ਫਰਾਰ ਹਨ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਵਿਦੇਸ਼ ਵਿੱਚ ਲੁਕੇ ਹਨ ਤੇ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਵੀ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਦਿੱਤਾ ਹੈ। ਮਾਨਸਾ ਦਿਨ ਪੈਂਦੇ ਪਿੰਡ ਧਾਮਕੋਟ ਦੀ ਜੇਲ੍ਹ ਵਿੱਚ ਕੈਦੀ ਸੇਵਕ ਸਿੰਘ ਦੀ ਕੁੱਟਮਾਰ ਕੀਤੀ ਗਈ। ਸੇਵਕ ਸਿੰਘ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਮੈਡੀਕਲ ਕਰਵਾਉਣ ਲਈ ਲੈ ਕੇ ਆਏ, ਜਿੱਥੇ ਉਸਨੇ ਦੱਸਿਆ ਕਿ ਜੇਲ੍ਹ ਦੇ ਅਧਿਕਾਰੀਆਂ ਨੇ ਮਿਲ ਕੇ ਉਸਨੂੰ ਕੁੱਟਿਆ ਹੈ ਤੇ ਕੈਦੀ ਨੇ ਇਹ ਵੀ ਕਿਹਾ ਕਿ ਡਿਪਟੀ 20,000 ਦੀ ਉਸ ਤੋਂ ਮੰਗ ਕਰ ਰਿਹਾ ਸੀ। ਬਾਹਰਾਲ ਮੈਡੀਕਲ ਕਰਵਾਇਆ ਜਾ ਰਿਹਾ ਤੇ ਜੋ ਵੀ ਤੱਤ ਸਾਹਮਣੇ ਆਉਣਗੇ ਉਸੇ ਹਿਸਾਬ ਨਾਲ ਰਿਪੋਰਟ ਤਿਆਰ ਕੀਤੀ ਜਾਵੇਗੀ। ਕੀ ਨਾਮ ਹੈ? ਸੇਵਕ ਸਿੰਘ ਮੇਰਾ ਨਾਮ ਜੀ। ਕੀ ਗੱਲ ਹੋਈ ਹੈ ਜੇਲ੍ਹ ਦੇ ਵਿੱਚ? ਜੇਲ੍ਹ ਦੇ ਵਿੱਚ ਹੀ ਅਸੀਂ ਮੁਲਾਕਾਤ ਤੇ ਜਾਂਦੇ ਸੀਗੇ, ਮੁਲਾਕਾਤ ਕਰਕੇ ਵਾਪਸ ਆ ਰਹੇ ਸੀ ਚੱਕਰ 'ਚ। ਡਿਪਟੀ ਦੇ ਨਾਲ ਉੱਥੇ ਹਵਾਲਾਤੀ ਰਲੇ ਹੋਏ ਸੀਗੇ ਜੀ, ਪਰਵਿੰਦਰ ਦੇ ਨਾਲ। ਉੱਥੇ ਚੱਕਰ 'ਤੇ ਸਾਨੂੰ ਕੁਟਾਇਆ ਇੱਕ ਆਤਮਾ ਹੌਲਦਾਰ ਹੈ ਜੀ, ਇੱਕ ਕੰਟੀਨ 'ਤੇ ਲੱਗਿਆ ਮੁੰਡਾ ਮੁਲਾਜ਼ਮ, ਸੇਵਕ ਉਹਦਾ ਨਾਂ ਜੀ, ਇੱਕ ਉਹ ਸੀਗਾ ਅਤੇ ਇਹਨੇ ਸਾਰਿਆਂ ਨੇ ਰਲ ਕੇ ਕੁੱਟਿਆ ਜੀ। ਇੱਕ ਕੰਟੀਨ ਵਾਲਾ ਜੱਗਾ ਸੀਗਾ, ਇੱਕ ਟੋਪੀ ਸੀ, ਇਹਨਾਂ ਨੇ ਸਾਰਿਆਂ ਨੇ ਕੁੱਟਿਆ। ਇੱਕ ਗਾਂਧੀ ਹੈ ਜੀ, ਇੱਕ ਲੱਖਾ ਸੀ, ਇੱਕ ਬਿੰਡਾ ਸੀਗਾ
ਇਹਨਾਂ ਨੇ ਸਾਰਿਆਂ ਨੇ ਕੁੱਟਿਆ ਜੀ ਰਲ ਕੇ। ਕੋਈ ਪੁਰਾਣੀ ਰੰਜਿਸ਼ ਸੀਗੀ? ਨਹੀਂ ਕੋਈ ਰੰਜਿਸ਼ ਨਹੀਂ, 9 ਮਹੀਨੇ ਹੋ ਗਏ ਸਾਨੂੰ ਉੱਥੇ, ਕੋਈ ਰੰਜਿਸ਼ ਨਹੀਂ ਪੁਰਾਣੀ। ਪੈਸੇ ਮੰਗਦਾ ਜੀ ਸਾਥੋਂ, ਡਿਪਟੀ ਪੈਸੇ ਮੰਗਦਾ ਜੀ ਸਾਥੋਂ ਜੀ, 20,000 ਰੁਪਇਆ ਦਿਓ ਵੀ ਤੁਹਾਡੇ ਹੱਥੇ ਲੱਗਣ ਦਿੰਦਾ। ਅਸੀਂ ਜਵਾਬ ਦੇਤਾ ਪੈਸਿਆਂ ਨੂੰ ਵੀ, ਪੈਸੇ ਦੇ ਨਹੀਂ ਸਕਦੇ ਜੀ। ਬਸ ਮੰਗ ਕਰਦਾ, ਬਸ ਜੀ ਇਨਸਾਫ ਮਿਲੇ ਜੀ ਮੈਨੂੰ, ਇਹੀ ਮੰਗ ਕਰਦਾ ਜੀ। ਕਿਸੰਗ ਦੀ ਮਾਤਾ ਬਈ, ਕੀ ਗੱਲ ਹੋਈ ਅੱਜ ਜੇਲ੍ਹ ਦੇ ਵਿੱਚ, ਤੁਹਾਨੂੰ ਪਤਾ ਕਿਸੇ? ਜੇਲ੍ਹ ਦੇ ਵਿੱਚ ਸਾਨੂੰ ਕੁਛ ਨਹੀਂ ਪਤਾ, ਸਾਨੂੰ ਤਾਂ ਕੁੱਟਮਾਰ ਹੋਈ ਤੋਂ ਬਾਅਦ ਦੱਸਿਆ ਜਵਾਕਾਂ ਨੇ। ਪਹਿਲਾਂ ਡਿਊਟੀ ਤੋਂ ਪੈਸੇ ਮੰਗਦਾ ਸੀ ਮੇਰੇ ਵੱਡੇ ਮੁੰਡੇ ਤੋਂ, 20,000 ਰੁਪਇਆ ਵੀ, 20,000 ਰੁਪਇਆ ਦੇ ਦੇ, ਮੈਂ ਤੇਰੇ ਭਰਾ ਨੂੰ ਕੁੱਟ ਤੋਂ ਬਚਾ ਦੂੰ। ਜਵਾਕਾਂ ਨੇ ਦੱਸਿਆ ਨਹੀਂ ਵੀ ਸਾਡੀ ਮਾਂ ਕਿੱਥੋਂ ਪੈਸੇ ਦੇਊਗੀ, ਵੀ ਇਹ ਕੰਮ ਵਾਲੇ ਤਾਂ ਦੋਨੇ ਅੰਦਰ ਬੈਠੇਗੇ। ਇਸ ਚੀਜ਼ ਦੇ ਵਿੱਚ ਉਹਨਾਂ ਨੇ ਦੱਸਿਆ ਨਹੀਂ, ਫਿਰ ਡਿਊਟੀ ਨੇ ਕੋਲੇ ਖੜ ਕੇ ਹਵਾ ਲਾਟੀਆਂ ਤੋਂ ਕੁੱਟਮਾਰ ਕਰਾਈ ਹੈ। ਮੁਲਾਜ਼ਮ ਵਿੱਚ ਹੋਰ ਵੀ ਚਾਰ, ਕਾਰਨ ਕੀ ਹੋਇਆਗਾ, ਕਿਸ ਜੁਰਮ ਦੇ ਵਿੱਚ ਬੰਦ ਸੀ? ਇਹ ਸਾਰੇ ਕਾਰਨ ਇਹ ਹੋਇਆ, ਕਾਤਲ ਕੇਸ ਚੰਦਰ ਸੀ ਇਹ ਜੀ, ਇਹ ਆਪਦੀ ਸਜ਼ਾ ਜੇਲ੍ਹ ਕੀਤੀ, ਇਹ ਸਜ਼ਾ ਭੁਗਤੀ ਜਾਂਦੇ ਸੀਗੇ ਵੀ ਸਾਡੇ ਨਾਲ ਨਜਾਇਜ਼ ਧੱਕਾ ਸਾਡੇ ਬੱਚਿਆਂ ਨਾਲ ਜੇਲ੍ਹ 'ਚ ਹੋ ਰਿਹਾ ਹੈਗਾ। 20,000 ਦੀ ਮੰਗ ਕਿਉਂ ਕੀਤੀ? ਸਾਨੂੰ ਨਹੀਂ ਪਤਾ ਵੀ ਕਿਉਂ ਕੀਤੀ ਹੈ, ਕਾਹਦੇ ਵਾਸਤੇ ਕੀਤੀ ਹੈ। ਡਿਊਟੀ ਨੇ ਸਾਥੋਂ ਪਰਵਿੰਦਰ ਨੇ 20,000 ਰੁਪਇਆ ਮੰਗਿਆ ਹੈਗਾ ਮੇਰੇ ਮੁੰਡੇ ਤੋਂ ਵੀ, 20,000 ਰੁਪਇਆ ਦੇ ਦੇ, ਤੇਰੇ ਭਰਾ ਨੂੰ ਕੁੱਟ ਤੋਂ ਬਚਾ ਦੂੰ। 4-5 ਦਿਨ ਪਹਿਲਾਂ ਦੀ ਗੱਲ ਹੈ, ਜਵਾਕਾਂ ਨੇ ਮੈਨੂੰ ਦੱਸਿਆ ਨਹੀਂ ਵੀ ਸਾਡੀ ਮਾਂ ਪੈਸੇ ਕਿੱਥੋਂ ਦੇਊਗੀ, ਅਸੀਂ ਆਪਦਾ ਟਾਈਮ ਪਾਸ ਕਰ ਦਿਆਂਗੇ। ਸਾਨੂੰ ਵੀ ਇਹ ਧਮਕੀਆਂ ਦਿੰਦੇ ਵੀ ਇਹ ਪੈਰਵਾਹੀ ਨਾ ਮੰਗ ਕਰਨ ਕੇਸ ਦੀ। ਕੀ ਮੰਗ ਕਰ ਰਹੇ ਹੋ? ਅਸੀਂ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਸੀ, ਵੀ ਜੇਲ੍ਹ ਦੇ ਵਿੱਚ ਜਿਹੜਾ ਧੱਕਾ ਹੋ ਰਿਹਾ ਹੈਗਾ, ਆਹ ਮੰਗ ਮੰਗਦੇ ਹਾਂ ਅਸੀਂ ਵੀ ਜਿਹੜੀ ਮੇਰੇ ਬੱਚੇ ਦੀ ਕੁੱਟਮਾਰ ਹੋਈ ਹੈ, ਸਾਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ। ਦੱਸੋ ਇੱਕ ਤੁਹਾਡੇ ਕੋਲ ਕੈਦੀ ਹੈ, ਕੀ ਉਹਦਾ ਸਟੇਟਸ ਹੈ? ਹਾਂਜੀ, ਇੱਕ ਪੇਸ਼ੈਂਟ ਲੈ ਕੇ ਆਏ ਆ, ਪ੍ਰਿਜ਼ਨਰ ਹੈ, ਸੇਵਕ ਸਿੰਘ ਸਨ ਆਫ ਬਲਵੀਰ ਸਿੰਘ ਹੈ, ਸੁਬਹਾ ਲੈ ਕੇ ਆਏ ਅੱਜ। ਉਹ ਪੇਸ਼ੈਂਟ ਦਾ ਕੋਰਟ ਵੱਲੋਂ ਆਰਡਰ ਸੀ ਕਿ ਮੈਡੀਕਲ ਮੁਲਾਜ਼ਾ ਕਰਕੇ ਦੱਸਿਆ ਜਾਵੇ, ਤਾਂ ਉਹ ਸੁਬਹਾ ਹੋਸਪਿਟਲ ਦੇ ਵਿੱਚ ਦਾਖਲ ਕੀਤਾ ਅਤੇ ਉਹਦੀ ਸਾਰੀ ਮੈਡੀਕਲ ਲੀਗਲ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਹਦੀ ਹੁਣ ਐਕਸਰੇ ਵਗੈਰਾ ਕਰਾ ਕੇ ਅਗਲੀ ਜਾਂਚ ਦੇ ਅਕੋਰਡਿੰਗ ਟ੍ਰੀਟਮੈਂਟ ਕੀਤਾ ਜਾਵੇਗਾ। ਭਵਾਨੀਗੜ੍ਹ ਵਿੱਚ ਸਰਫ ਦੀ ਫੈਕਟਰੀ ਵਿੱਚ ਗਲਤ ਤਰੀਕੇ ਨਾਲ ਬਣਾਇਆ ਜਾ ਰਿਹਾ ਸੀ ਨਕਲੀ ਘਿਓ, ਤੇ ਸਿਹਤ ਮਹਿਕਮੇ ਨੇ ਜਦੋਂ ਛਾਪਾ ਮਾਰਿਆ ਤਾਂ 700 ਲੀਟਰ ਘਿਓ ਬਰਾਮਦ ਕੀਤਾ ਗਿਆ, ਜਿਸ ਵਿੱਚ ਘਿਓ ਦੀ ਖੁਸ਼ਬੂ ਲਈ ਉਸ ਵਿੱਚ ਕੈਮੀਕਲ ਮਿਲਾਇਆ ਜਾ ਰਿਹਾ ਸੀ। ਬਾਹਰ ਵਾਲ 170 ਕਿਲੋ ਦੇਸੀ ਘਿਓ ਦੇ ਟੀਨ ਬਰਾਮਦ ਕੀਤੇ ਗਏ ਹਨ। ਮੈਂ ਡਾਕਟਰ ਬਲਜੀਤ ਸਿੰਘ, DHO ਸੰਗਰੂਰ। ਸਰ, ਅੱਜ ਕਿਹੜੀ ਫੈਕਟਰੀ ਤੇ ਰੇਡ ਮਾਰੀ ਗਈ ਤੇ ਕੀ ਕੁਝ ਬਰਾਮਦ ਹੋਇਆ? ਸਾਡੇ ਗੁਪਤ ਸੂਚਨਾ ਮਿਲੀ ਸੀ ਭਵਾਨੀਗੜ੍ਹ ਦੇ ਕੋਲ ਇੱਕ ਸਰਫ ਦੀ ਫੈਕਟਰੀ ਹੈ, ਉਹ ਫੈਕਟਰੀ ਦੇ ਵਿੱਚ ਸਰਫ ਦੀ ਫੈਕਟਰੀ ਦੀ ਆੜ ਦੇ ਵਿੱਚ ਨਕਲੀ ਦੇਸੀ ਘੀ ਦਾ ਧੰਦਾ ਚੱਲ ਰਿਹਾ। ਤੇ ਸਰ ਕੀ ਕੁਝ ਬਰਾਮਦ ਹੋਇਆ, ਕੁਝ ਫਲੇਵਰਸ ਵਗੈਰਾ ਜਾਂ ਕੈਮੀਕਲ ਵਗੈਰਾ? ਹਾਂ, ਇੱਥੋਂ ਸਾਨੂੰ ਤਕਰੀਬਨ 700 ਲੀਟਰ ਦੇ ਕਰੀਬ ਘੀ ਬਰਾਮਦ ਹੋਇਆ, ਜਿਹੜਾ ਕਿ ਅਲੱਗ ਅਲੱਗ ਬ੍ਰਾਂਡ ਦੇ ਬ੍ਰਾਂਡ ਨੇਮ ਦੇ ਅੰਦਰ ਸੀ। ਸੈਂਪਲ ਭਰ ਲਏ ਗਏ ਸਰ? ਹਾਂ, 6 ਸੈਂਪਲ ਲੈ ਲਏ ਨੇ ਤੇ ਉਹ ਅਸੀਂ ਲੈਬ ਦੇ ਵਿੱਚ ਭੇਜ ਦੇਵਾਂਗੇ। ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜਾ ਇਹ ਫਲੇਵਰ ਵਗੈਰਾ ਬਣਾਉਂਦੇ ਨੇ, ਕਿਤੇ ਨਾ ਕਿਤੇ ਸਿਹਤ ਨਾਲ ਖਿਲਵਾੜ ਵੀ ਕੀਤਾ ਜਾ ਰਿਹਾ? ਹਾਂ ਬਿਲਕੁਲ, ਸਿਹਤ ਲਈ ਕੋਈ ਅੱਛੇ ਗੱਲ ਤਾਂ ਹੈ ਨਹੀਂ, ਕਿਉਂਕਿ ਸਾਰਾ ਕੁਝ ਹੀ ਇੱਥੇ ਸਾਹਮਣੇ ਹੀ ਤਿਆਰ ਹੋ ਰਿਹਾ ਹੈ। ਸਰ ਫੈਕਟਰੀ ਦਾ ਓਨਰ? ਫੈਕਟਰੀ ਦੇ ਓਨਰ ਦਾ ਨਾਂ ਹੈ ਜਿੰਮੀ ਗਰਗ, ਉਹ ਮਾਨਸਾ ਤੋਂ ਹੈ। ਬਾਰ ਬਾਰ ਉਹਨੂੰ ਫੋਨ ਕਰਨ 'ਤੇ ਵੀ ਉਹ ਨਹੀਂ ਇੱਥੇ ਆਈ। ਸਰ ਮੈਂ ਚਰਨਜੀਤ ਸਿੰਘ, ਫੂਡ ਸੇਫਟੀ ਅਫਸਰ ਸੰਗਰੂਰ। ਸਰ ਅੱਜ ਅਸੀਂ ਇੱਥੇ ਭਵਾਨੀਗੜ੍ਹ ਵਿਖੇ, ਸਾਨੂੰ ਗੁਪਤ ਸੂਚਨਾ 'ਤੇ ਅਸੀਂ ਇਹ ਰੇਡ ਕੀਤੀ ਹੈ ਨਾਭਾ ਰੋਡ 'ਤੇ, ਇਹ ਸਰਫ ਦੀ ਫੈਕਟਰੀ ਵਿੱਚ ਇਹ ਘਿਓ ਬਣਾਉਣ ਦਾ ਕੰਮ ਚੱਲ ਰਿਹਾ ਸੀ। ਕਾਫੀ ਦਿਨਾਂ ਤੋਂ ਅਸੀਂ ਇਹਦੀ ਰੇਕੀ ਕਰ ਰਹੇ ਸੀ ਅਤੇ ਅੱਜ ਅਸੀਂ ਜਦੋਂ ਆਏ ਤਾਂ ਇਹ ਸਾਰੀ ਮਿਕਸਿੰਗ ਵਗੈਰਾ ਪ੍ਰੋਪਰਲੀ ਕਰ ਰਹੇ ਸੀ, ਪੈਕਿੰਗ ਵੀ ਹੋ ਰਹੀ ਸੀ ਅਤੇ ਦੇਸੀ ਘੀ ਅਤੇ ਜਿਵੇਂ ਰਿਫਾਇੰਡ ਆਇਲ ਨੂੰ ਮਿਕਸ ਕਰਕੇ ਸੈਂਟ ਵਗੈਰਾ ਪਾ ਕੇ ਬਣਾਇਆ ਜਾ ਰਿਹਾ ਸੀ। ਉਹਦੇ ਅਸੀਂ ਅੱਜ 6 ਸੈਂਪਲ ਲੈ ਚੁੱਕੇ ਹਾਂ, ਹੁਣ ਤੱਕ ਕਾਰਵਾਈ ਚੱਲ ਰਹੀ ਹੈ ਸਾਡੀ। ਅਸੀਂ ਇਸ ਯੂਨਿਟ ਨੂੰ ਸੀਲ ਕਰਕੇ ਜਾਵਾਂਗੇ, ਜੋ ਅਗਲੀ ਕਾਰਵਾਈ ਰਿਪੋਰਟ ਆਉਣ ਤੱਕ ਦੀ ਕਾਰਵਾਈ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਹੋਊਗੀ। ਕੀ ਯੂਨਿਟ ਇਸੇ ਕਮਰੇ ਨੂੰ ਸੀਲ ਕੀਤਾ ਜਾਂ ਪੂਰੀ ਫੈਕਟਰੀ? ਨਹੀਂ ਸਰ, ਉਹ ਸਰਫ ਦਾ ਅਲੱਗ ਕਾਰੋਬਾਰ ਹੈ, ਅਸੀਂ ਜੋ ਇਸੇ ਕਮਰੇ ਦੇ ਵਿੱਚ ਹੀ ਚੱਲ ਰਿਹਾ ਸੀ ਜੋ ਕਿ ਉਹ ਬਣਾਉਣ ਦਾ ਕੰਮ ਸੀ, ਅਤੇ ਅਸੀਂ ਇਸ ਕਮਰੇ ਨੂੰ ਹੀ, ਇਹ ਇੱਕ ਫੈਕਟਰੀ ਦੀ ਤਰ੍ਹਾਂ ਹੀ ਵਰਕ ਕਰ ਰਹੀ ਸੀ, ਇਸੇ ਨੂੰ ਹੀ ਸੀਲ ਕਰਕੇ ਜਾਵਾਂਗੇ।
ਸਰ ਇੱਦਾਂ ਸਰਫ ਦੀ ਆੜ 'ਚ ਇੱਦਾਂ ਬਣਾ ਸਕਦਾ ਬੰਦਾ? ਨਹੀਂ, ਬਿਲਕੁਲ ਗਲਤ ਹੈ ਸਰ, ਸਰਫ ਦੀ ਫੈਕਟਰੀ 'ਚ ਹੀ ਗਲਤ ਹੈ ਇਸ ਤਰ੍ਹਾਂ ਦਾ ਘਿਓ ਬਣਾਉਣਾ। ਇਹ 2 ਨੰਬਰ ਦੇ ਵਿੱਚ ਹੀ ਨਾ ਕੋਈ ਫੂਡ ਲਾਇਸੈਂਸ ਸੀ ਇਹਨਾਂ ਕੋਲ, ਅਤੇ ਇਸ ਤਰ੍ਹਾਂ ਇਹ ਕਾਰੋਬਾਰ ਨਹੀਂ ਕਰ ਸਕਦੇ। ਬਟ ਅਸੀਂ ਜਿੰਮੀ ਗਰਗ ਜੋ ਮਾਨਸਾ ਤੋਂ ਬਿਲੋਂਗ ਕਰਦੇ ਨੇ, ਉਹਨਾਂ ਨੂੰ ਕਈ ਫੋਨ ਵੀ ਕੀਤੇ ਵੀ ਆ ਕੇ ਇੱਥੇ ਤੁਸੀਂ ਆਪਣੀ ਕਾਰਵਾਈ ਕਰਵਾਓ, ਬਟ ਉਹ ਨਹੀਂ ਆਏ, ਅਤੇ ਇਹ ਸਾਰਾ ਇਨਲੀਗਲੀ ਚੱਲ ਰਿਹਾ ਸੀ ਜੋ ਪ੍ਰੋਸੈਸ। ਤੁਹਾਡੇ ਵੱਲੋਂ ਕੋਈ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸਰ? ਪੁਲਿਸ ਨੂੰ ਸਰ ਮੇਰੇ ਨਾਲ ਡੈਜ਼ਿਗਨੇਟਡ ਆਫਿਸਰ ਨੇ, CI ਸਟਾਫ ਵਾਲੇ ਆਏ ਵੀ ਸੀ ਇੱਥੇ ਬੰਦੇ, ਉਹ ਆ ਕੇ ਗਏ ਨੇ ਅਤੇ ਸਾਰਾ ਚੈੱਕ ਕਰਕੇ ਗਏ ਨੇ। ਬਟ ਇਹ ਫੂਡ ਸੇਫਟੀ ਅੰਡਰ ਅਸੀਂ ਜੋ ਸਾਡੀ ਬਣਦੀ ਕਾਰਵਾਈ ਆ ਅਸੀਂ ਉਹ ਕਰ ਰਹੇ ਹਾਂ। ਪਟਿਆਲਾ ਦੇ ਤ੍ਰਿਪੜੇ ਵਿੱਚ ਇੱਕ ਵਿਅਕਤੀ ਜੁੱਤੀਆਂ ਪਾ ਕੇ ਅਤੇ ਜੇਬ ਵਿੱਚ ਨਸ਼ੀਲੀ ਵਸਤੂ ਲੈ ਕੇ ਗੁਰੂ ਘਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਜਦੋਂ ਸੰਗਤ ਨੇ ਇਸ ਵਿਅਕਤੀ ਨੂੰ ਦੇਖਿਆ ਤਾਂ ਸੰਗਤ ਨੇ ਉਸਨੂੰ ਫੜ ਲਿਆ ਅਤੇ ਫਿਰ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਪਰ ਇਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਵਿਅਕਤੀ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ। ਪਰ ਦੂਜੇ ਪਾਸੇ ਸਿੱਖ ਸੰਗਤ ਦਾ ਕਹਿਣਾ ਹੈ ਕਿ ਇਹ ਵਿਅਕਤੀ ਨਜ਼ਦੀਕੀ ਬੈਂਕ ਦੀ ਛੱਤ ਤੋਂ ਛਾਲ ਮਾਰ ਕੇ ਬੈਂਕ ਵਿੱਚ ਦਾਖਲ ਹੋਣਾ ਚਾਹੁੰਦਾ ਸੀ, ਪਰ ਇਸ ਤੋਂ ਪਹਿਲਾਂ ਹੀ ਸੰਗਤ ਨੇ ਇਸ ਯੋਜਨਾ ਨੂੰ ਨਾਕਾਮ ਕਰ ਦਿੱਤਾ। ਸਾਨੂੰ ਫਿਰ ਉਸ ਸਮੇਂ ਲੇਡੀਜ਼ ਨੇ ਮੈਨੂੰ, ਮੈਂ ਚੱਲਿਆ ਸੀ ਘਰੋਂ ਨਿਕਲਿਆ ਬਲਾ, ਮੈਂ ਆਇਆ ਆ ਕੇ ਇਹਨਾਂ ਨੂੰ ਅਸੀਂ ਥੱਲੇ ਫੜ ਕੇ ਲਿਆਇਆ। ਇਹਨੂੰ ਪੁੱਛ ਰਹੇ ਸੀ ਵੀ ਤੂੰ ਕੀ ਕਰਨ ਗਿਆ ਸੀ, ਇਹ ਕੁਛ ਬੋਲਦਾ ਨਹੀਂ, ਦਾਰੂ ਦੇ ਪਿੱਛੇ ਜੋ ਕੋਈ ਜਰਦਾ ਬੂਟ ਪਾਏ ਨੇ ਗੁਰਦੁਆਰੇ ਉੱਪਰ ਚੜ੍ਹਾ, ਕੁਝ ਪਤਾ ਲੱਗਿਆ ਬੰਦਾ ਕਿੱਥੇ ਦਾ ਹੈ? ਇਹ ਕਹੀ ਜਾਂਦਾ ਮੈਂ ਨੇਪਾਲ ਦਾ, ਲੇਕਿਨ ਮੈਂ ਉਹਨੂੰ ਬੜੀ ਦੇਰ ਤੋਂ ਪੁੱਛ ਰਿਹਾ ਕਿੱਥੋਂ ਆਇਆ, ਕੋਈ ਐਡਰੈਸ ਨਹੀਂ ਹੈ ਇਹਦੇ ਕੋਲ। ਇਹਨੂੰ ਪਹਿਲਾਂ ਵੀ ਕਦੀ ਦੇਖਿਆ? ਇਹ ਤੋਂ ਪਹਿਲਾਂ ਵੀ ਕਦੀ ਦੇਖਿਆ ਕਿੱਥੇ ਦਾ? ਕਿੱਥੇ ਦਾ ਇਹ ਨਹੀਂ ਸਾਨੂੰ ਦੱਸਿਆ ਜੀ, ਕਦੀ ਜਦ ਨੇਪਾਲ ਦਾ, ਕਦੀ ਜਦ ਕਿੱਧਰ ਦਾ, ਸਾਨੂੰ ਪੱਕਾ ਨਹੀਂ। ਇਹਨੂੰ ਪਹਿਲਾਂ ਵੀ ਇੱਥੇ ਦੇਖਿਆ ਗਿਆ ਸੀ ਕਦੀ? ਪਹਿਲਾਂ ਇੱਕ ਬੰਦੇ ਨੇ ਇਹਨੂੰ ਦੇਖਿਆ ਸੀ, ਇਹ ਕਹਿੰਦਾ ਮੈਂ ਪਹਿਲੀ ਵਾਰ ਆਇਆ ਇੱਥੇ, 5-6 ਦਿਨ ਪਹਿਲਾਂ ਇੱਥੇ ਕੋਈ ਲੰਗਰ ਸੀਗਾ ਜਿਹਦੇ ਭੋਗ ਸੀ ਅਮੋਲ ਦਾ, ਉਹ ਬੰਦੇ ਕਹਿੰਦੇ ਅਸੀਂ ਇਹਨੂੰ ਇੱਥੇ ਦੇਖਿਆ ਸੀ। ਇਹ ਕਿੰਨੇ ਵਜੇ ਦੀ ਗੱਲ ਹੈ, ਉੱਪਰ ਚੜਿਆ ਸੀ ਕੀ? ਲਾ ਲਓ 4 ਵਜੇ ਦੀ ਗੱਲ ਹੈ। ਤੇ ਕੋਈ ਤੁਹਾਨੂੰ ਕੀ ਲੱਗਦਾ, ਬੇਦਬੀ ਕਰਨ ਗਿਆ ਜਾਂ ਚੋਰੀ ਦੇ ਮਾਮਲੇ 'ਚ ਵੀ ਜਾ ਸਕਦਾ? ਚੋਰੀ ਦੇ ਮਾਮਲੇ 'ਚ ਬੂਟ ਬੂਟ ਵੀ ਪਾਏ ਹੋਏ ਸੀ ਇਹਨੇ, ਬੂਟ ਦੇ ਪਾਏ ਨੇ, ਦਾਰੂ ਦੇ ਪੀਤੀ ਹੋਈ ਹੈ, ਜੇ ਵਿੱਚ ਇਹਦੇ ਜਰਦਾ ਕੁਛ ਦੱਸਿਆ ਗਿਆ ਹੈ ਕਿ ਕਿੱਧਰੋਂ ਦੀ ਵੜਿਆ, ਕਿੱਧਰੋਂ ਦੀ ਅੰਦਰ ਗਿਆ? ਕੋਠੇ ਨਾਲ ਦੇ ਕੋਠੇ ਦੇ ਚੜ੍ਹੇ ਲਾਲ ਦੇ ਦੁਕਾਨਾਂ ਤੋਂ ਚੜ੍ਹ ਕੇ ਉੱਪਰ ਇੱਧਰ ਆ ਗਿਆ, ਟੱਪ ਕੇ ਮਲ ਗਈ ਦੀਵਾਰ, ਹੁਣ ਇਹ ਅੰਦਰੋਂ ਸਾਡਾ ਕੁੰਡਾ ਬੰਦ ਸੀਗਾ ਜਿਹੜੇ ਮਹਾਰਾਜ ਦਾ ਸਰੂਪ ਹੈ। ਕੋਈ ਪੁਲਿਸ ਪੁਲਿਸ ਨੂੰ ਇਤਲਾਹ ਦਿੱਤੀ ਹੈ ਤੁਸੀਂ? ਇਤਲਾਹ ਕੀਤੀ ਹੈ, ਅਜੇ ਪੁਲਿਸ ਆਈ ਨਹੀਂ। ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ, ਜਿੱਦਾਂ ਦਿਨ ਪ੍ਰਤੀ ਦਿਨ ਬੇਦਬੀ ਦੇ ਕਾਂਡ ਆਉਂਦੇ ਜਾ ਰਹੇ ਹੈ, ਸਰਕਾਰ ਵੱਲੋਂ ਕਾਨੂੰਨੀ ਕਾਰਵਾਈ ਕਰਕੇ ਇਸ ਤੋਂ ਪੁੱਛਗਿੱਛ ਕਰੇ ਵੀ ਕਿਉਂ ਆਇਆ ਸੀ? ਕਿਉਂਕਿ ਦਿਨ ਪ੍ਰਤੀ ਦਿਨ ਤੁਹਾਨੂੰ ਪਤਾ ਗੁਰਦੁਆਰਿਆਂ ਦੀ ਆ ਮਹਾਰਾਜ ਸਰੂਪ ਦੀ ਬੇਦਬੀ ਹੁੰਦੀ ਜਾ ਰਹੀ ਹੈ, ਕਿਉਂਕਿ ਉਹ ਆ ਕੇ ਇਸ ਨੂੰ ਸੰਭਾਲਣ, ਜੋ ਵੀ ਬਣਦੀ ਕਾਨੂੰਨੀ ਕਾਰਵਾਈ ਬਣਦੀ ਉਹ ਕਰਨ ਤਾਂ ਜੋ ਮਾਹੌਲ ਨਾ ਖਰਾਬ ਹੋ। ਜਿਸ ਕੇਸ ਦਾ ਵੀ ਰੋਲ ਹੋਊਗਾ ਉਹਨੂੰ ਐਜ ਇਟ ਇਜ਼ ਅਸੀਂ ਜਿਹੜਾ ਉਹਦੇ ਖਿਲਾਫ ਕਰ। ਕਿਸ ਤਰ੍ਹਾਂ ਦਾ ਨਸ਼ਾ ਕਰਿਆ ਹੋਇਆ ਸੀ ਜਿਸਨੂੰ? ਮੈਡੀਕਲ ਐਗਜ਼ਾਮਿਨੇਸ਼ਨ ਦੀ ਗੱਲ ਕਰਾਂਗੇ।
ਬੀਤੇ 30-31 ਦਸੰਬਰ ਨੂੰ ਨੌਜਵਾਨਾਂ ਵਿਚਕਾਰ ਲੜਾਈ ਹੋਈ ਸੀ ਤੇ ਉੱਥੇ ਇੱਕ ਦੂਜੇ ਨੂੰ ਧਮਕੀਆਂ ਵੀ ਦਿੱਤੀਆਂ ਸਨ। ਉਸੇ ਰੰਜਿਸ਼ ਤਹਿਤ ਅੱਜ ਉਸਦੇ ਘਰ ਤੇ ਹਮਲਾ ਕੀਤਾ ਗਿਆ ਤੇ ਭੰਨਤੋੜ ਵੀ ਕੀਤੀ ਗਈ। ਉਸ ਤੋਂ ਬਾਅਦ ਰਾਤੀ 12 ਵਜੇ ਮਾਡਰਨ ਕਲੋਨੀ ਵਿੱਚ ਹਮਲਾ ਕਰ ਦਿੱਤਾ ਗਿਆ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ਵਿੱਚ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ। ਬਹਰਹਾਲ ਇਹਨਾਂ ਦਾ ਰਿਮਾਂਡ ਹਾਸਲ ਕਰ ਲਿਆ ਹੈ। ਸਰ, ਇੱਕ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਜੀ, ਖਰੜ ਦਾ ਜਾਣਕਾਰੀ ਦਿਓਗੇ? ਹਾਂਜੀ ਹਾਂ, ਇਹ ਨਾ 30-31 ਤਰੀਕ ਦੀ ਦਰਮਿਆਨੀ ਰਾਤ ਨੂੰ ਇੱਥੇ ਸੀਯੂ 'ਚ ਕਾਲਜ ਯੂਨੀਵਰਸਿਟੀ 'ਚ ਨਾ ਮੁੰਡੇ ਪੜ੍ਹਦੇ ਨੇ ਹਰਿਆਣੇ ਦੇ, ਉਹਨਾਂ ਦੀ ਆਪਸੀ ਰੰਜਿਸ਼ ਦੇ ਵਿੱਚ ਹੋਇਆ। ਇਹਨਾਂ ਦੇ ਪਹਿਲਾਂ ਵੀ ਇੱਕ ਦੂਜੇ ਦੇ ਪਰਚੇ ਦਰਜ ਖਿਲਾਫ ਨੇ। ਇੱਕ ਮੁੰਡਾ ਹੈਗਾ ਗੌਰਵ ਉਰਫ ਰਾਮ, ਇਹਨੂੰ ਪਹਿਲਾਂ ਟੋਲ ਪਲਾਜੇ 'ਤੇ ਕੋਈ ਧਮਕੀ ਦਿੱਤੀ ਬੰਦਿਆਂ ਨੇ ਵੀ ਅੱਜ ਅਸੀਂ ਤੈਨੂੰ ਦੇਖਾਂਗੇ। ਫਿਰ ਉਹਨੂੰ ਮੁੰਡਿਆਂ ਨੇ ਜਾ ਕੇ ਇੱਥੇ GBP 23 ਨੰਬਰ ਫਲੈਟ ਦੇ ਉੱਤੇ ਭੰਨਤੋੜ ਕੀਤੀ। ਉੱਥੇ ਗੌਰਵ ਉਹਨਾਂ ਨੂੰ ਮਿਲਿਆ ਨਹੀਂ ਅਤੇ ਫਿਰ ਆ ਮਾਡਰਨ ਵੈਲੀ ਫਲੈਟ ਨੰਬਰ 266 'ਚ ਜਿੱਥੇ ਉਹ ਕਿਰਾਏ 'ਤੇ ਰਹਿੰਦਾ ਸੀ, ਰਾਤ ਨੂੰ 12 ਵਜੇ ਆ ਕੇ ਉਹਨੂੰ ਮਾਰਨ ਦੇ ਦੀ ਨੀਤ ਨਾਲ ਉਹਦੇ 'ਤੇ ਪਹਿਲਾਂ ਬਾਹਰ ਗੱਡੀਆਂ ਭੰਨੀਆਂ, 2 ਗੱਡੀਆਂ ਦੀ ਤੋੜ ਭੰਨ ਕੀਤੀ। ਇੱਕ ਸਗੋਂ ਕਿਸੇ ਮਾਤੜ ਦੀ ਗੱਡੀ, ਆਪਣੇ ਆਮ ਵਸਨੀਕ ਦੀ ਗੱਡੀ ਖੜ੍ਹੀ ਸੀ, ਉਹਦੀ ਬਹੁਤ ਭੰਨਤੋੜ ਕਰਤੀ ਅਤੇ ਫਿਰ ਉਹਦੇ ਕਵੈਟ ਫਲੈਟ ਦੀ ਬਹੁਤ ਜ਼ਿਆਦਾ ਭੰਨਤੋੜ ਕੀਤੀ ਅਤੇ ਉੱਥੇ ਫਾਇਰਿੰਗ ਵਗੈਰਾ ਕੀਤੀ। ਅਤੇ ਜਦੋਂ ਫਾਇਰਿੰਗ ਕੀਤੀ ਤਾਂ ਉੱਥੇ ਮਹੱਲਾ ਨਿਵਾਸੀ ਉੱਠ ਖੜ੍ਹੇ ਅਤੇ ਪੁਲਿਸ ਚਲੇ ਗਈ, PCR ਪਾਰਟੀ ਜਿਹੜੀ, ਮੈਂ ਵੀ ਉੱਥੇ ਮੌਕੇ 'ਤੇ ਪਹੁੰਚ ਗਿਆ ਸੀ। ਉਹ ਫਾਇਰਿੰਗ ਕਰਕੇ ਮੁੰਡੇ ਭੱਜ ਗਏ, ਜਿਨ੍ਹਾਂ 'ਚੋਂ ਅਸੀਂ 2 ਮੁੰਡੇ ਗ੍ਰਿਫਤਾਰ ਕਰ ਲਏ। ਉਹਨਾਂ ਦਾ ਹਜੇ ਚੱਲ ਰਹੀ ਹੈ ਪੁੱਛਗਿੱਛ, ਬਾਕੀ ਮੁੰਡੇ ਸਮੇਤ ਆਪਣੇ ਅਸਲਿਆਂ ਦੇ ਫਰਾਰ ਨੇ, ਜਿਉਂ ਜਿਉਂ ਗ੍ਰਿਫਤਾਰੀ ਹੋ ਗਈ। ਸਰ, 2 ਕਿਹੜੇ ਕਿਹੜੇ ਫੜ ਲਏ? ਇਹਦੇ ਵਿੱਚ ਤਾਂ ਮਨਤਿਮ ਯਾਦਵ ਹੈ ਮੁੰਡਾ, ਉਹਦੇ ਸਗੋਂ ਖੁਦ ਆਪਣੇ ਇੰਜਰਡ ਹੈ ਮੁੰਡਾ ਉਹ, ਅਤੇ ਇੱਕ ਮੁੰਡਾ ਹੈਗਾ ਮੌਂਟੀ, ਇਹ ਵੀ ਹਰਿਆਣੇ ਦਾ, ਦੋਨੇ ਹਰਿਆਣੇ ਦੇ ਨੇ, ਇਹ ਦੋਨੇ ਗ੍ਰਿਫਤਾਰ ਕੀਤੇ ਗਏ ਸਾਡੇ ਕੋਲ। ਸਰ, ਪੇਸ਼ ਕਰ ਲਏ ਜੀ? ਹਾਂ, ਇਹਨਾਂ ਦਾ ਕੱਲ੍ਹ 4 ਤਰੀਕ ਤੱਕ ਪੁਲਿਸ ਰਿਮਾਂਡ ਲਿਆ ਵਾ, ਇਹਦੀ ਪੁੱਛਗਿੱਛ ਚੱਲ ਰਹੀ ਹੈ। ਸਰ, ਬਰਾਮਦੀ ਹੋਈ ਜੀ ਹਾਲੇ ਤੱਕ ਕੋਈ ਅਸਲੇ ਦੀ ਜਾਂ ਕੋਈ ਗੱਡੀ ਦੀ? ਨਹੀਂ, ਹਜੇ ਸਿਰਫ ਟੁੱਟੀਆਂ ਗੱਡੀਆਂ ਦੀ ਸਿਰਫ ਬਰਾਮਦੀ ਹੈ ਸਾਡੇ ਕੋਲ, ਅਸਲਾ ਹਜੇ ਉਹ ਮੁੰਡੇ ਭੱਜੇ ਵੀ ਨੇ, ਜਿਉਂ ਵੀ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਅਸਲਾ ਵੀ ਬਰਾਮਦ ਕਰਾਵਾਂਗੇ ਸਾਰਾ ਕੁਝ। ਸਨੌਰ ਬਾਜ਼ਾਰ ਵਿੱਚ ਇੱਕ ਦੁਕਾਨ ਤੇ ਕੰਮ ਕਰਦੇ ਦੁਕਾਨ ਮਾਲਕ ਤੇ ਸਵੇਰੇ 3 ਨੌਜਵਾਨਾਂ ਨੇ ਤੇਜ਼ਾਬ ਸੁੱਟ ਦਿੱਤਾ, ਜਿਸ ਕਾਰਨ ਉਸਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸਨੂੰ ਪਟਿਆਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਨਿਖਲ ਨਾਮਕ ਦਾ ਕੰਮ ਕਰਦਾ ਸੀ ਤੇ ਪਰਮਾਨੈਂਟ ਈਅਰ ਸਕੀਮ ਤਹਿਤ ਉਸਦੀ ਦੁਕਾਨ ਤੇ ਜਦੋਂ 3 ਨੌਜਵਾਨ ਬਿਨਾਂ ਨੰਬਰ ਪਲੇਟ ਦੀ ਐਕਟਿਵਾ ਸਕੂਟਰ ਤੇ ਆਏ ਤੇ ਦੁਕਾਨ ਤੇ ਕੰਮ ਕਰ ਰਹੇ ਸਨ ਤਾਂ ਨੌਜਵਾਨ ਤੇ ਤੇਜ਼ਾਬ ਸੁੱਟ ਦਿੱਤਾ ਅਤੇ ਉਹ ਭੱਜ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਨੌਜਵਾਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਕਿੰਨੇ ਪਰਸੈਂਟ ਜਲਾਈ ਜੇ ਤੇਜ਼ਾਬ ਗਿਰਿਆ ਮੁੰਡਿਆਂ ਨੇ? ਕਾਫੀ ਜ਼ਿਆਦਾ ਹੈ, ਇਹ ਗਰਦਨ ਤੇ ਹਿੱਸਾ ਕਾਫੀ, ਇੱਕ ਸਾਈਡ ਤੇ ਕਾਫੀ ਗਿਰਿਆ ਤੇਜ਼ਾਬ। ਕੋਈ ਪੁਲਿਸ ਸ਼ਿਕਾਇਤ ਕਰੀ? ਸ਼ਿਕਾਇਤ ਕਰੀ ਹੈ। ਕੀ ਨਾਮ ਹੈ ਆਪਣਾ? ਨਿਖਿਲ ਸਿੰਗਲਾ ਨਾਮ ਦਾ ਵਿਅਕਤੀ ਹੈ, ਜਿਹੜੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਜੀ। ਇਹ ਸਨੌਰ ਦਾ ਰਹਿਣ ਵਾਲਾ, ਬਾਜ਼ਾਰ ਦਾ, ਸਦਰ ਬਾਜ਼ਾਰ ਦਾ। ਇਹ ਸਵੇਰੇ ਕੋਈ ਅਨਨੋਨ ਬੰਦੇ ਆਏ ਆ 2-3, ਇਹਨਾਂ ਨੇ ਦੁਕਾਨ ਓਪਨ ਕਰੀ ਹੈ ਅਤੇ ਦੈਨ ਉਹਨਾਂ ਨੇ ਇੱਥੇ ਅੰਦਰ ਜਾ ਕੇ ਕੋਈ ਸਮਾਨ ਬਣ ਲੈਣ ਦੇ ਬਹਾਨੇ ਇੱਥੇ ਆਸਰੇ ਅਟੈਕ ਕੀਤਾ। ਪੈਸੇ ਠੀਕ ਆ ਦੇ ਲੈ ਕੇ ਤੇ ਰਾਈਟ 'ਤੇ, ਅਤੇ ਹੱਥਾਂ 'ਤੇ ਇੱਕ ਗਰਦਨ ਦੇ ਉੱਪਰ ਉਹਦਾ ਅਸਰ ਹੋਇਆ ਤੇ ਬਾਕੀ ਆਊਟ ਆਫ ਡੇਂਜਰ ਹੈ। ਕੀ ਤੇਜ਼ਾਬ ਹੀ ਤੇਜ਼ਾਬ ਸਿੱਟੇ ਹੈ, ਹੋਰ ਕੁਛ ਸਿੱਟੇ ਜੀ? ਤੇਜ਼ਾਬ ਹੀ ਸੀਗਾ ਜੀ। ਸਰ, ਕੋਈ ਜਾਣਕਾਰੀ ਵੀ ਚਾਹੇਗੀ, ਪੁਰਾਣੀ ਰੰਜਿਸ਼ ਹੈ ਕਿ ਕਿਉਂ ਟਾਰਗੇਟ ਕਿਉਂ ਬਣਾਇਆ ਗਿਆ? ਦੇਖੋ, ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਸ ਸੰਬੰਧੀ, ਜੋ ਵੀ ਸਾਹਮਣੇ ਆਏਗਾ ਜਿਸ ਦਾ ਅਸੀਂ ਕਾਰਵਾਈ ਕਰ। ਕੋਈ CCTV ਫੁਟੇਜ ਵੀ ਪੁਲਿਸ ਲੈ ਰਹੇ ਹਾਂ? ਸਾਰਾ CCTV ਵੀ ਲੈ ਰਹੇ ਹਾਂ, ਮੌਕੇ ਤੋਂ ਪੁੱਛ ਵੀ ਰਹੇ ਹਾਂ ਅਤੇ ਬੰਦਿਆਂ ਨੂੰ ਜਿਹੜੇ ਰਸਤੇ ਜਿੱਥੋਂ ਦੀ ਹੈਗੇ ਉਹ CCTV ਸਾਰੀ ਫੁਟੇਜ ਕਲੈਕਟ ਕਰ ਰਹੇ ਹਾਂ ਅਸੀਂ।
ਦੈਨ ਜੋ ਸਾਡੀ ਹੇਰੇ ਬਿਆਨਾਂ ਤੋਂ ਬਾਅਦ ਜੋ ਕਾਰਵਾਈ ਬਣਦੀ ਹੈ। ਕਿੰਨੇ ਵਜੇ ਦੀ ਘਟਨਾ ਸਰ? ਨੀਅਰ ਅਬਾਊਟ 9 AM। ਨਸ਼ਾ ਤਸਕਰੀ NDPS ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ। ਸੁਖਪਾਲ ਸਿੰਘ ਖਹਿਰਾ ਨੂੰ ਜ਼ਮਾਨਤ ਮਿਲ ਗਈ ਹੈ ਤੇ 28 September 2023 ਤੋਂ ਜੇਲ੍ਹ ਵਿੱਚ ਬੰਦ ਸਨ। ਅਜੇ ਵਿੱਚ ਇਸ ਮਾਮਲੇ ਵਿੱਚ ਉਹਨਾਂ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਰਾਸਤਾ ਵੀ ਸਾਫ਼ ਹੋ ਗਿਆ। ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੂੰ ਜਲਾਲਾਬਾਦ ਜ਼ਿਲ੍ਹਾ ਪੁਲਿਸ ਨੇ ਵੀਰਵਾਰ 28 September ਨੂੰ ਸਵੇਰੇ 5 ਵਜੇ ਉਹਨਾਂ ਦੇ ਚੰਡੀਗੜ੍ਹ ਸਥਿਤ ਘਰ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਖਹਿਰਾ ਭੁਲੱਥ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਹਨ ਤੇ ਉਹ ਸ਼ੁਰੂ ਤੋਂ ਹੀ ਕਹਿ ਰਿਹਾ ਹੈ ਕਿ ਉਸਦੇ ਖਿਲਾਫ਼ ਗਲਤ ਮਾਮਲਾ ਦਰਜ ਕੀਤਾ ਗਿਆ। ਉਹ ਸਰਕਾਰ ਖਿਲਾਫ਼ ਬਿਆਨਬਾਜ਼ੀ ਕਰਦੇ ਸਨ, ਅਜਿਹੇ ਵਿੱਚ ਮਾਮਲਾ ਦਰਜ ਕਰਕੇ ਉਸਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ। ਦੋਸਤੋ, ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖ਼ਬਰਾਂ। ਨਵੀਆਂ ਤੇ ਤਾਜ਼ਾ ਖ਼ਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ। ਰੱਬ ਰਾਖਾ।